फिलहाल असं जलंधर के ब्लाक अपरा दे विच खड़े हैं, जिहड़ा रायपुर अराइयां इलाका है उत्थे अंदर खड़े हैं। तुसीं देख सकते हो तस्वीरां तुहानूं दिखा रहे हैं जिहड़ी कल 24 अप्रैल नूं नामचर्चा होनी, उस नूं लैके तैयारियां दे जायज़ा लिया जा रहा। पूरे तरीके नाल जिहड़ी है तैयारियां मुकम्मल लगभग हो चुकियां ने, ते जिम्मेवारां नाल गल्लबात करांगे। स्टेट मैंबर जिहड़े 45 मैंबर है हरचरण जी साडे नाल, ते देसराज जी नाल गल्लबात करदे। हरचरण जी, सब तों पहला सवाल है किस तरीके नाल जलंधर ही क्यों चुणिया गया? देखो जी, पंजाब दे विच पहला जिहड़ा हैगा पंजाब दा सलावतपुरे ये पवित्र दिहाड़ा मनाया गया, स्थापना दिहाड़े नूं समर्पित प्रोग्राम है जी। उस तो बाद मालवा जोन की जो गल करिए मानसा के डेरे के प्रोग्राम हो गया उत्थों की साध संगत का, इधरली जी साध संगत है दुआबा एरिए जी साध संगत है वो बड़ी मंग सी भी असी भी इस पवित्र दिहाड़े से मिल बैठ के जिहड़ा हैगा खुशियां सांझियां करनियां चाहुंदे आ, गुरु जस करना चाहुंदे आ। तो ये संगत की मंग के उत्ते प्रोग्राम है जिहड़ा ये बनिया, जिहड़ा कि डेरा सच्चा सौदा का स्थापना दिहाड़ा और जामे इंसा की 15वीं वरेगंढ नूं समर्पित प्रोग्राम है ये होने जा रहा कल नूं। ਤਾਂ ਕੀ ਇਹ ਮਾਲਵੇ ਤੋਂ ਵੀ ਸੰਗਤ ਆਏਗੀ ਜਾਂ ਇਕੱਲੇ ਦੁਆਬਾ ਜਾਂ ਜਲੰਧਰ ਦੀ ਸੰਗਤ ਹੀ ਆਏਗੀ? ਨਹੀਂ, ਇਹਦੇ 'ਚ ਦੁਆਬਾ ਜਾਂ ਵੇਖੋ ਬੰਦਿਸ਼ ਤਾਂ ਕਿਸੇ ਨੂੰ ਨਹੀਂ ਆ, ਪਰ ਮੇਨ ਜਿਹੜਾ ਇਹ ਫੰਕਸ਼ਨ ਹੈ ਉਹ ਜਲੰਧਰ ਦਾ ਏਰੀਆ ਹੋ ਗਿਆ, ਜਲੰਧਰ ਦੇ ਕੋਈ ਨਾਲ ਲੱਗਦਾ ਇਲਾਕਾ ਹੈਗਾ ਜਿਵੇਂ ਨਵਾਂ ਸ਼ਹਿਰ ਦੀ ਕੋਈ ਸੰਗਤ ਹੈ, ਇਸ ਜਲੰਧਰ ਔਰ ਇਸ ਦੇ ਆਸ ਪਾਸ ਦੀ ਜਿਹੜੀ ਸੰਗਤ ਹੈ ਉਹ ਹੀ ਆਏਗੀ। ਆ ਬੰਦਿਸ਼ ਨਹੀਂ ਹੈ, ਕੋਈ ਸ਼ੌਂਕਿਆ ਤੌਰ 'ਤੇ ਜਾਂ ਆਪਣੀ ਭਾਵਨਾ ਤੌਰ 'ਤੇ ਜੇ ਕੋਈ ਆ ਜਾਂਦਾ ਹੈ ਸਜਦਾ ਕਰਨ ਦੇ ਵਾਸਤੇ ਤਾਂ ਮਨਾਹੀ ਤਾਂ ਕਿਸੇ ਨੂੰ ਨਹੀਂ ਹੈ, ਪਰ ਇਹ ਮੇਨ ਜਿਹੜਾ ਉਹ ਦੁਆਬੇ ਦੀ ਜਿਹੜੀ ਸੰਗਤ ਹੈ ਇਸ ਦੋ ਜ਼ਿਲ੍ਹਿਆਂ ਦੀ ਜਾਂ ਇੱਕ ਜ਼ਿਲ੍ਹੇ ਦੀ ਹੈ ਉਸੇ ਦਾ ਹੀ ਹੈ। ਅਰਚਨ ਜੀ, ਗਰਮੀ ਦੇ ਮੌਸਮ ਨੂੰ ਦੇਖ ਕੇ ਸਾਧ ਸੰਗਤ ਲਈ ਕਿਸ ਤਰੀਕੇ ਦੇ ਇੰਤਜ਼ਾਮਾਤ ਕੀਤੇ ਜਾ ਰਹੇ ਤੁਹਾਡੇ ਵੱਲੋਂ? ਗਰਮੀ ਦੇ ਮੌਸਮ ਨੂੰ ਧਿਆਨ 'ਚ ਰੱਖਦੇ ਹਾਂ ਜੀ, ਪਾਣੀ ਦਾ ਪੂਰਾ ਪੁਖਤਾ ਪ੍ਰਬੰਧ ਕੀਤਾ ਗਿਆ, ਸਾਡੇ ਜੋ ਸੇਵਾਦਾਰ ਹੈ ਪਾਣੀ ਵਾਲੇ ਜਿਹੜੇ ਹੈਗੇ ਆ ਉਹਦਾ ਪ੍ਰਬੰਧ ਕਰ ਰਹੇ ਆ ਪਾਣੀ ਪਿਆਉਣ ਦਾ, ਇਸੇ ਤਰ੍ਹਾਂ ਲੰਗਰ ਦੀ ਜਿਹੜੀ ਵਿਵਸਥਾ ਕੀਤੀ ਜਾ ਰਹੀ ਹੈ ਸਾਧ ਸੰਗਤ ਵਾਸਤੇ, ਇਸੇ ਤਰ੍ਹਾਂ ਸਾਧ ਸੰਗਤ ਦੇ ਵਾਸਤੇ ਛਾਂ ਦਾ ਪ੍ਰਬੰਧ, ਸ਼ਮੈਨੇ ਲਾਏ ਜਾ ਰਹੇ ਨੇ, ਬੈਠਣ ਦਾ ਪ੍ਰਬੰਧ ਹੈ, ਯਾਨੀ ਕਿ ਹਰ ਸਹੂਲਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਖਾਣ ਪੀਣ ਦਾ ਪ੍ਰਬੰਧ ਹੈ। ਤਕਰੀਬਨ ਮੇਰੇ ਖਿਆਲ ਹੈ 250 ਸੇਵਾਦਾਰ ਆਪਣੀਆਂ ਆਪਣੀਆਂ ਡਿਊਟੀਆਂ 'ਤੇ ਆ ਜਿਹੜੇ ਲੱਗੇ ਹੋਏ ਆ, ਪੰਡਾਲ ਦੀ ਤਿਆਰੀ ਦੇ ਉੱਤੇ ਲੱਗੇ ਹੋਏ ਆ, ਲੰਗਰ ਦੀ ਵਿਵਸਥਾ 'ਤੇ ਲੱਗੇ ਹੋਏ ਆ, ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ, ਟ੍ਰੈਫਿਕ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸਾਰੀਆਂ ਤਿਆਰੀਆਂ ਨੂੰ ਜਿਹੜਾ ਹੈਗਾ ਅੰਜਾਮ ਦੇਣ ਦੀ ਅਸੀਂ ਆਪਣੇ ਨੂੰ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਕੀ ਮੁਕੰਮਲ ਹੋ ਗਏ ਇੰਤਜ਼ਾਮਾਂ ਸਾਰੇ? ਹਾਂ, ਲਗਭਗ ਮੁਕੰਮਲ ਨੇ ਜੀ, ਬਸ ਜਿਵੇਂ ਜਿਵੇਂ ਜਿਹੜਾ ਹੈਗਾ ਆ ਰਹੇ ਨੇ ਸੇਵਾਦਾਰ ਆਪਣੀ ਆਪਣੀ ਡਿਊਟੀ 'ਤੇ ਲੱਗ ਰਹੇ ਨੇ, ਸਾਰੇ ਪ੍ਰਬੰਧ ਮੁਕੰਮਲ ਹੈ, ਅਤੇ ਹਾਰਦਿਕ ਸੱਦਾ ਹੈ ਸੰਗਤ ਨੂੰ ਵੀ ਇਸ ਪਵਿੱਤਰ ਦਿਹਾੜੇ ਨੂੰ ਮਨਾਉਣ ਵਾਸਤੇ ਦੁਆਬੇ ਦੀ ਇਸ ਧਰਤੀ 'ਤੇ ਆਪਣੀਆਂ ਖੁਸ਼ੀਆਂ ਨੂੰ ਹੋਰ ਵਧਾਉਣ ਵਾਸਤੇ, ਗੁਰੂ ਤੋਂ ਆਸ਼ੀਰਵਾਦ ਲੈਣ ਵਾਸਤੇ ਵੱਧ ਤੋਂ ਵੱਧ ਸਾਧ ਸੰਗਤ ਹੈ ਜਿਹੜੀ ਇਸ ਇਲਾਕੇ ਦੀ ਲਾਹਾ ਖੱਟੇ ਇਸ ਪ੍ਰੋਗਰਾਮ ਦਾ, ਇਹ ਅਪੀਲ ਵੀ ਕਰਦੇ ਹਾਂ ਸੰਗਤ ਨੂੰ। ਅਰਚਨ ਜੀ, ਮੀਡੀਆ ਵੀ ਖਾਸ ਕਰ ਇਹ ਗੱਲ ਕਹਿੰਦਾ ਕਿ ਡੇਰਾ ਦਾ ਜਿਹੜਾ ਪ੍ਰਭਾਵ ਹੈ ਮਾਲਵੇ ਖੇਤਰ ਤਾਂ ਹੀ ਹੈ, ਕੀ ਲੱਗਦਾ ਕੱਲ੍ਹ ਜਿਹੜੀ ਹੈ ਇਹ ਉਹਨਾਂ ਦੀ ਵੀ ਅੱਖਾਂ ਖੁੱਲ੍ਹ ਜਾਣਗੀਆਂ ਦੁਆਬੇ ਦੇ ਵਿੱਚ ਸਤਸੰਗ ਦੇ ਇਕੱਠ ਦੇ? ਦੇਖੋ ਮੀਡੀਆ ਤੁਹਾਡਾ ਭਾਈਚਾਰਾ ਹੈ, ਸਵਾਗਤ ਕਰਦੇ ਹਾਂ, ਡੇਰਾ ਸੱਚਾ ਸੌਦਾ ਹਮੇਸ਼ਾ ਹੀ ਸਵਾਗਤ ਕਰਦਾ, ਚੌਥਾ ਸਤੰਭ ਗੁਰੂ ਜੀ ਦੇ ਵਚਨ ਨੇ ਮੀਡੀਆ ਜਿਹੜਾ, ਅਤੇ ਮੀਡੀਆ ਦੇ ਵੱਲੋਂ ਨਹੀਂ ਐਸੀਆਂ ਗੱਲਾਂ ਕੁਛ ਆਉਂਦੀਆਂ, ਪਰ ਤੁਸੀਂ ਦੇਖ ਹੀ ਰਹੇ ਹੋ ਪਹਿਲੇ ਦੋ ਫੰਕਸ਼ਨ ਹੋ ਗਏ ਆ, ਜਨਵਰੀ ਦੇ ਵਿੱਚ ਫੰਕਸ਼ਨ ਹੋਇਆ, ਇੱਥੇ ਵੀ ਕੱਲ੍ਹ ਦੇਖੋਗੇ ਸਾਰੇ ਭਰਮ ਦੂਰ ਹੋ ਜਾਣਗੇ। ਸਾਧ ਸੰਗਤ ਦੇ ਵਿੱਚ ਬਹੁਤ ਉਤਸ਼ਾਹ ਹੈ, ਫੋਨ ਆ ਰਹੇ ਨੇ ਬਾਈ ਜੀ ਅਸੀਂ ਇੰਨੀਆਂ ਬੱਸਾਂ ਕਰਾ ਲਈਆਂ, ਅਸੀਂ ਇੰਨੇ ਸਾਧਨ ਕਰਾ ਲਏ, ਉਹ ਨਾ ਹੋਵੇ ਸਾਡੇ ਵਾਸਤੇ ਕੋਈ ਪ੍ਰਬੰਧ ਨਾ ਹੋਵੇ, ਪੂਰੀ ਤਿਆਰੀ ਕਰ ਲਓ, ਸਾਡੇ ਕੋਲ ਫੋਨ ਆ ਰਹੇ ਨੇ, ਤਿਆਰੀ ਦੇ ਪੂਰੇ ਜਿਹੜਾ ਹੈਗਾ ਕੀਤੀ ਜਾ ਰਹੀ ਹੈ, ਪਿੰਡਾਂ ਦੇ ਵਿੱਚ ਮੈਸੇਜ ਸੰਗਤ ਘਰੋ ਘਰੀ ਇੱਕ ਦੂਜੇ ਨੂੰ ਲਾ ਰਹੀ ਹੈ, ਅਤੇ ਮੈਨੂੰ ਲੱਗਦਾ ਆਹ ਜਿਹੜਾ ਪ੍ਰਬੰਧ ਹੈ ਆਹ ਦੇਖੋ ਸਾਹਮਣੇ ਤੁਸੀਂ ਦੇਖੋਗੇ ਤਾਂ ਸਾਨੂੰ ਅੱਜ ਹੀ ਦੁਆਰ ਹੈ ਜਿਹੜੀ ਉਹ ਨਾਮਚਰਚਾ ਘਰ ਦੀ ਤੋੜ ਕੇ ਪ੍ਰਬੰਧ ਹੈ ਜਿਹੜਾ ਵਧਾਉਣ ਦੀਆਂ ਤਿਆਰੀਆਂ ਅਸੀਂ ਪਹਿਲਾਂ ਹੀ ਰੱਖ ਲਈਆਂ, ਅਸੀਂ ਗੇਟ ਖੋਲ੍ਹਿਆ ਤਾਂ ਕਿ ਮੌਕੇ 'ਤੇ ਸੰਗਤ ਵੱਧ ਜਾਂਦੀ ਹੈ ਤਾਂ ਅੱਗੇ ਸ਼ਮਿਆਨੇ ਜਿਹੜੇ ਲਾ ਕੇ ਸੰਗਤ ਨੂੰ ਦਿੱਕਤ ਨਾ ਆਵੇ ਬੈਠਣ ਦੇ ਵਿੱਚ। ਕੱਲ੍ਹ ਨੂੰ ਇੱਥੇ ਇਹ ਪੰਡਾਲ ਦੇ ਵਿੱਚ ਤੁਸੀਂ ਦੇਖੋਗੇ ਸਾਰੇ ਭਰਮ ਆ ਜਿਹੜੇ ਦੂਰ ਹੋ ਜਾਣਗੇ, ਸੰਗਤ ਅੱਜ ਵੀ ਗੁਰੂ ਜੀ ਨੂੰ ਓਨਾ ਹੀ ਪਿਆਰ ਕਰਦੀ ਹੈ, ਅੱਜ ਵੀ ਗੁਰੂ ਜੀ ਦੇ ਆਦੇਸ਼ਾਂ ਨੂੰ ਓਨਾ ਹੀ ਮੰਨਦੀ ਹੈ, ਅੱਜ ਵੀ ਗੁਰੂ ਜੀ ਦੇ ਨਾਲ ਖੜ੍ਹੀ ਹੈ ਸੰਗਤ, ਡੇਰਾ ਸੱਚਾ ਸੌਦਾ ਦੀ ਸੰਗਤ ਉਸੇ ਤਰ੍ਹਾਂ ਖੜ੍ਹੀ ਹੈ, ਔਰ ਇੱਥੇ ਕੱਲ੍ਹ ਨੂੰ ਜਦੋਂ ਨਮਨ ਕਰਨ ਆਏਗੀ ਸੰਗਤ ਤਾਂ ਸਾਰੇ ਭਰਮ ਭੁਲੇਖੇ ਦੂਰ ਹੋ ਜਾਣਗੇ। ਤਾਂ ਕਿਸ ਤਰੀਕੇ ਨਾਲ ਮਨਾਇਆ ਜਾਏਗਾ, ਕਿਸ ਤਰੀਕੇ ਦੇ ਕਾਰਜਕਾਲ ਕੀਤੇ ਜਾਣਗੇ? ਦੇਖੋ ਇਹ ਰਵਾਇਤ ਆ, ਜਿਸ ਤਰ੍ਹਾਂ ਡੇਰਾ ਸੱਚਾ ਸੌਦਾ ਦੀ ਡੇਰਾ ਸੱਚਾ ਸੌਦਾ ਦਾ ਹਰ ਫੰਕਸ਼ਨ ਹੈ ਜਿਹੜਾ ਉਹ ਭਗਤੀ ਨੂੰ ਸਮਰਪਿਤ ਹੁੰਦਾ, ਰੂਹਾਨੀਅਤ ਨੂੰ ਸਮਰਪਿਤ ਹੁੰਦਾ, ਅਤੇ ਉਹਦੇ 'ਚ ਰੂਟੀਨ ਦੇ ਵਿੱਚ ਜਿਹੜੀ ਆ ਉਹ ਪਵਿੱਤਰ ਗ੍ਰੰਥ ਨੇ ਜੋ ਡੇਰਾ ਸੱਚਾ ਸੌਦਾ ਦੇ ਉਹਨਾਂ ਦੇ ਵਿੱਚੋਂ ਸ਼ਬਦ ਬਾਣੀ ਹੋਵੇਗੀ, ਉਸ ਤੋਂ ਬਾਅਦ ਗੁਰੂ ਜੀ ਦੇ ਵਚਨਾਂ ਨੂੰ ਸਰਵਣ ਕੀਤਾ ਜਾਵੇਗਾ, ਕੁਛ ਬੁਲਾਰਿਆਂ ਦੇ ਵੱਲੋਂ ਆਪਣੀ ਅਪੀਲ ਹੈ ਜਿਹੜੀ ਉਹ ਕੀਤੀ ਜਾਵੇਗੀ, ਜ਼ਿੰਮੇਵਾਰਾਂ ਦੇ ਵੱਲੋਂ ਕੀਤੀ ਜਾਵੇਗੀ, ਸੇਵਾ ਭਾਵਨਾ ਨੂੰ ਸਮਰਪਿਤ, ਸਤਸੰਗ ਦੇ ਪ੍ਰੋਗਰਾਮਾਂ ਨੂੰ ਨਾਮਚਰਚਾਵਾਂ ਨੂੰ ਸਮਰਪਿਤ, ਔਰ ਕੁਛ ਇੱਕ ਦੋ ਕੰਮ ਆ ਜਿਹੜੇ ਉਹ ਸਮਾਜ ਭਲਾਈ ਦੇ ਵੀ ਕੀਤੇ ਜਾਣਗੇ ਇੱਥੇ ਮੌਕੇ 'ਤੇ ਹੀ, ਜਿਹੜਾ ਕਿ ਰਵਾਇਤ ਹੈ
ਸਾਧ ਸੰਗਤ ਦੀ ਜੋ ਪਿਤਾ ਜੀ ਵੱਲੋਂ ਪਾਈ ਹੋਈ ਉਸ ਨੂੰ ਪਿਤਾ ਜੀ ਦੇ ਵਚਨਾਂ ਨੂੰ ਮੰਨਦਿਆਂ ਹੋਇਆਂ ਇੱਥੇ ਜਿਹੜਾ ਹੈਗਾ ਕੱਲ੍ਹ ਨੂੰ ਜ਼ਰੂਰਤਮੰਦ ਜਿਹੜੇ ਬੱਚੇ ਨੇ ਉਹਨਾਂ ਨੂੰ ਉਹਨਾਂ ਦੀ ਜ਼ਰੂਰਤ ਦਾ ਸਮਾਨ ਖਾਣ ਪੀਣ ਦਾ ਸਮਾਨ ਔਰ ਇੱਕ ਪੰਛੀ ਉਧਾਰ ਜਿਹੜੇ ਹਜ਼ੂਰ ਪਿਤਾ ਜੀ ਦੇ ਵੱਲੋਂ ਪੰਛੀਆਂ ਦੇ ਉਧਾਰ ਵਾਸਤੇ ਇੱਕ ਮੁਹਿੰਮ ਚਲਾਈ ਗਈ ਹੈ ਉਹਦੇ 'ਚ ਹਿੱਸਾ ਪਾਉਣ ਵਾਸਤੇ ਵੀ ਜਿਹੜੇ ਹੈਗੇ ਕਸੂਰੇ ਹੈ ਉਹ ਵੰਡੇ ਜਾਣਗੇ ਜਿਨ੍ਹਾਂ ਦੇ ਉੱਤੇ ਪਾਣੀ ਛੱਤਾਂ ਦੇ ਵਿੱਚ ਪਾ ਕੇ ਅਸੀਂ ਰੱਖਾਂਗੇ ਗਰਮੀ ਦੇ ਮੌਸਮ ਦੇ ਵਿੱਚ ਪੰਛੀਆਂ ਵਾਸਤੇ। ਦੇਸਰਾ ਜੀ ਤੁਸੀਂ ਦੁਆਬੇ ਤੋਂ ਹੀ ਹੋ, ਦੁਆਬੇ ਦੀ ਸੰਗਤ ਵਿੱਚ ਕਿੰਨਾ ਕੁ ਜੋਸ਼ ਹੈ ਭੰਡਾਰੇ ਰੂਪੀ ਨਾਮ ਚਰਚਾ ਨੂੰ ਲੈ ਕੇ? ਸਾਧ ਸੰਗਤ ਦਾ ਪੂਰਾ ਉਤਸ਼ਾਹ ਹੈ ਜੀ, ਕਿਉਂਕਿ ਮੈਂ ਕਹਿ ਸਕਦਾ 2006 ਦੇ ਵਿੱਚ ਹਜ਼ੂਰ ਪਿਤਾ ਜੀ ਨੇ ਨੂਰਮਹਿਲ ਦੇ ਵਿੱਚ ਸਤਸੰਗ ਫਰਮਾਇਆ ਸੀ। ਉਸ ਤੋਂ ਬਾਅਦ ਪਹਿਲਾ ਹੈ ਕਿ ਸਾਨੂੰ ਇੱਕ ਭੰਡਾਰੇ ਦੇ ਰੂਪ ਵਿੱਚ ਨਾਮ ਚਰਚਾ ਕਰਨ ਦਾ ਮੌਕਾ ਮਿਲਿਆ। ਤੋ ਸਾਧ ਸੰਗਤ ਦੀ ਬੜੀ ਤੜਫ ਸੀ, ਬਹੁਤ ਸਾਧ ਸੰਗਤ ਦੇ ਵਿੱਚ ਇੱਕ ਭਾਵਨਾ ਸੀ। ਸੋ ਸ਼ਹਿਨਸ਼ਾਹ ਜੀ ਨੇ ਸਾਡੀ ਉਹ ਭਾਵਨਾ ਨੂੰ ਪੂਰੀ ਕੀਤਾ, ਸਾਨੂੰ ਇੱਕ ਭੰਡਾਰੇ ਦੇ ਰੂਪ ਵਿੱਚ ਨਾਮ ਚਰਚਾ ਕਰਨ ਦਾ ਮੌਕਾ ਮਿਲਿਆ। ਤੋ ਸਾਧ ਸੰਗਤ ਤਾਂ ਪੱਬਾਂ 'ਤੇ ਆ ਬਾਈ ਜੀ, ਉਹ ਤਾਂ ਮੈਸੇਜ ਉਡੀਕਦੀ ਸੀ, ਸਾਨੂੰ ਅੱਗੇ ਕਹਿ ਰਹੇ ਸੀ ਬਾਈ ਜੀ ਇੱਧਰ ਕਿਉਂ ਨਹੀਂ ਕਰਾ ਰਹੇ, ਪਰ ਕਈ ਕਾਰਨਾਂ ਕਰਕੇ ਸੰਗਤ ਦਾ ਉੱਧਰ ਜਿਹੜਾ ਜ਼ਿਆਦਾ ਵਹਾਅ ਹੋਣ ਕਰਕੇ ਅਤੇ ਉੱਧਰ ਜ਼ਿਆਦਾ ਭੰਡਾਰੇ ਮਨਾਏ ਜਾਂਦੇ ਸੀ, ਪਰ ਪਹਿਲਾ ਭੰਡਾਰਾ ਹੈ। ਪਰ ਇੱਥੋਂ ਬਾਅਦ ਸਾਡੀ ਸਾਧ ਸੰਗਤ ਪੂਰੀ ਮੋਟੀਵੇਟ ਹੈ ਔਰ ਪੂਰੀ ਤਿਆਰ ਹੈ ਔਰ ਸਾਧ ਸੰਗਤ ਦੇ ਮੈਸੇਜ ਆ ਰਿਹਾ ਬਾਈ ਜੀ ਅਸੀਂ ਬੱਸਾਂ ਕਰ ਲਈਆਂ, ਤੋ ਬੱਸਾਂ ਵੀ ਕਰਕੇ ਔਰ ਨਾਲ ਦੀ ਨਾਲ ਆਣ ਕੇ ਇੱਥੇ ਸੇਵਾ ਕਰਾ ਕੇ ਫਿਰ ਸ਼ਾਮ ਨੂੰ ਪਿੰਡਾਂ ਦੇ ਵਿੱਚ ਜਾਂਦੇ ਆ ਵੀ ਸਾਧ ਸੰਗਤ ਨੂੰ ਲੈ ਕੇ ਆਉਣਾ ਕਿਸੇ ਤਰ੍ਹਾਂ। ਤੋ ਇਹ ਸਾਰਾ ਸਾਧ ਸੰਗਤ ਦਾ ਪੂਰਾ ਉਤਸ਼ਾਹ ਨਾਲ ਮਨਾ ਰਹੀ ਹੈ, ਕਿਉਂਕਿ ਸਾਡੇ ਇੱਕ 74ਵਾਂ ਸਥਾਪਨਾ ਦਿਵਸ ਜੋ ਦਰਬਾਰ ਦਾ ਹੈ ਔਰ 15ਵਾਂ ਜਾਮੇ ਅਨਸਾ ਗੁਰੂ ਕਾ ਉਹ ਮਨਾਉਣ ਜਾ ਰਹੇ ਹੈ। ਤੋ ਸਾਧ ਸੰਗਤ ਦੇ ਵਿੱਚ ਪੂਰੀ ਖੁਸ਼ੀ ਹੈ ਔਰ ਪੂਰੇ ਉਤਸ਼ਾਹ ਨਾਲ ਸਾਧ ਸੰਗਤ ਲੱਗੀ ਹੋਈ ਹੈ। ਇਹ ਸੀ ਜ਼ਿੰਮੇਵਾਰ ਜਿਹੜੇ ਕਿ ਦੇਸਰਾਜ ਜੀ ਦੀ ਗੱਲ ਕਰੀ ਤਾਂ ਦੁਆਬੇ ਤੋਂ ਆਉਂਦੇ ਆ ਹਰਚਰਨ ਜੀ, 45 ਮੈਂਬਰ ਆ ਸਟੇਟ ਦੇ, ਅਤੇ ਇਹਨਾਂ ਨੇ ਦੱਸਿਆ ਕਿ ਸਾਫ਼ ਤੌਰ 'ਤੇ ਜੋ ਪ੍ਰਬੰਧ ਹੈ ਪੂਰੇ ਮੁਕੰਮਲ ਤੌਰ 'ਤੇ ਪੂਰੇ ਕਰ ਲਿੱਤੇ ਗਏ ਨੇ। ਤਸਵੀਰ ਦਿਖਾਊਂਗਾ ਮਨਪ੍ਰੀਤ ਨੂੰ, ਕਹੂੰਗਾ ਸੋਰੀ ਮਾਫੀ ਚਾਹੂੰਗਾ ਮਨਜੀਤ ਨੂੰ ਕਹੂੰਗਾ, ਜੋ ਦੀਵਾਰ ਸੀ ਐਂਡ ਸੀ ਜੋ ਉਹ ਨਾਮ ਚਰਚਾ ਕਰਦਾ ਉਹ ਵੀ ਤੋੜ ਦਿੱਤੀ ਗਈ ਹੈ, ਕਿਉਂਕਿ ਜਿਸ ਤਰੀਕੇ ਨਾਲ ਇਹਨਾਂ ਨੇ ਦੱਸਿਆ ਕਿ ਸਾਧ ਸੰਗਤ ਵਿੱਚ ਜਿਸ ਤਰੀਕੇ ਨਾਲ ਉਤਸਾਹ ਹੈ ਉਸਨੂੰ ਦੇਖਦੇ ਹੋਏ ਕੱਲ੍ਹ ਜਿਹੜਾ ਸਾਧ ਸੰਗਤ ਦਾ ਜਿਹੜਾ ਇਕੱਠ ਹੈ ਹੁਮ ਹੁਮਾ ਕੇ ਪਹੁੰਚੇਗਾ। ਇਹ ਬਾਗ ਦਿਖਾ ਦਿੰਦੇ ਹਾਂ ਕਿਉਂਕਿ ਬਾਗ ਨੂੰ ਵੀ ਪੂਰੀ ਤਰੀਕੇ ਨਾਲ ਇਹਨਾਂ ਨੇ ਤਿਆਰ ਕਰ ਦਿੱਤਾ, ਕਿਉਂਕਿ ਸਾਧ ਸੰਗਤ ਦੇ ਵੱਡੀ ਗਿਣਤੀ ਵਿੱਚ ਆਉਣ ਦੀ ਜਿਹੜੀ ਮਨਸ਼ਾ ਜਿਤਾਈ ਜਾ ਰਹੀ ਹੈ ਉਸ ਨੂੰ ਲੈ ਕੇ ਜਿਹੜੇ ਪ੍ਰਬੰਧ ਹੈ ਸਾਰੇ ਮੁਕੰਮਲ ਕਰ ਲਿੱਤੇ ਗਏ ਨੇ। ਹਾਲਾਂਕਿ ਪੰਡਾਲ ਦੇ ਵਿੱਚ ਬਾਗ ਹੈ, ਬਾਗ ਦੇ ਨਾਲ ਹੀ ਉਸ ਦੇ ਵਿੱਚ ਵੀ ਜਿਹੜੀ ਦੀਵਾਰ ਤੋੜਨੀ ਪਈ ਹੈ, ਤਮਾਮ ਤਰੀਕੇ ਦੇ ਜਿਹੜੇ ਇੰਤਜ਼ਾਮਾਤ ਕੀਤੇ ਗਏ ਨੇ। ਤਾਂ ਗੱਲ ਕਰੀਏ ਦੇਸਰਾ ਜੀ ਦੀ, ਉਹਨਾਂ ਨੇ ਸਾਫ਼ ਤੌਰ 'ਤੇ ਦੱਸਿਆ ਕਿ 2006 ਵਿੱਚ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜਿੰਸਾ ਨੇ ਜਲੰਧਰ ਦੀ ਧਰਤੀ 'ਤੇ ਇੱਕ ਸਤਸੰਗ ਕੀਤਾ ਸੀ, ਉਸ ਤੋਂ ਬਾਅਦ ਇਹ ਜਿਹੜਾ ਵੱਡੇ ਇੱਕ ਲੰਬੇ ਅੰਤਰਾਲ ਦੇ ਬਾਅਦ ਜਿਹੜਾ ਜਲੰਧਰ ਦੀ ਧਰਤੀ 'ਤੇ ਸਥਾਪਨਾ ਦਿਵਸ ਦੇ ਭੰਡਾਰੇ ਦੇ ਰੂਪ ਵਜੋਂ ਨਾਮ ਚਰਚਾ ਮਨਾਉਣ ਦਾ ਸਾਧ ਸੰਗਤ ਦੁਆਬਿਆਂ ਦੀ ਨੂੰ ਖਾਸ ਕਰ ਮੌਕਾ ਮਿਲਿਆ। ਮਨਜੀਤ ਨਰੂਆਣਾ ਦੇ ਨਾਲ ਰਵਿੰਦਰ ਰਿਆਜ਼।